ਸ੍ਰੀ ਅਕਾਲ ਜੀ। ਅੱਜ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਰਪਾਲ ਦੇ ਪੰਜਾਬੀ ਅਧਿਆਪਕ ਉਤਸਵ ਵਿੱਚ ਭਾਗ ਲੈਂਦੇ ਹੋਏ ਇੱਕ ਮਾਡਲ ਪੇਸ਼ ਕਰਨ ਜਾ ਰਹੇ ਹਾਂ, ਜਿਸ ਦਾ ਵਿਸ਼ਾ ਹੈ ਅਮੜੀ ਦਾ ਵਿਹੜਾ। ਇਹ ਕਵਿਤਾ ਅਮਿਤਾ ਪ੍ਰੀਤਮ ਦੁਆਰਾ ਲਿਖੀ ਗਈ ਹੈ ਅਤੇ 8ਵੀਂ ਜਮਾਤ ਦੀ ਪੰਜਾਬੀ ਪਾਠ ਪੁਸਤਕ ਵਿੱਚ ਦਰਜ ਹੈ। ਇਸ ਕਵਿਤਾ ਵਿੱਚ ਕਵਿਤਰੀ ਨੇ ਇੱਕ ਧੀ ਦੇ ਮਨ ਦੇ ਭਾਵਾਂ ਨੂੰ ਬਿਆਨ ਕੀਤਾ ਹੈ ਅਤੇ ਉਸਦੇ ਆਪਣੇ ਅਮੜੀ ਦੇ ਵਿਹੜੇ ਪ੍ਰਤੀ ਪਿਆਰ ਨੂੰ ਦਰਸਾਇਆ ਹੈ। ਆਓ ਅਸੀਂ ਹੁਣ ਇਸ ਕਵਿਤਾ ਦਾ ਉਚਾਰਨ ਕਰੀਏ। ਅਮੜੀ ਦਾ ਵਿਹੜਾ। ਬੀਤ ਗਿਆ ਦਿਨ ਬੀਤ ਗਿਆ, ਜਿਉਂ ਕੱਤਿਆ ਤੁੰਬਿਆ ਹੰਢ ਗਿਆ ਇੱਕ ਰੂੰ ਦਾ ਗੋਹੜਾ। ਬੀਤ ਗਿਆ ਦਿਨ ਬੀਤ ਗਿਆ, ਜਿਉਂ ਕੱਤਿਆ ਤੁੰਬਿਆ ਹੰਢ ਗਿਆ ਇੱਕ ਰੂੰ ਦਾ ਗੋਹੜਾ। ਜਿੱਥੇ ਸੁਪਨੇ ਕਈ ਬਣਾਏ ਸੀ, ਅੱਜ ਆਪੋ ਸੁਪਨਾ ਬਣ ਗਿਆ ਅਮੜੀ ਦਾ ਵਿਹੜਾ। ਇੱਕ ਬਾਦਸ਼ਾਹੀ ਅਸਾਂ ਮਾਣੀ ਸੀ, ਜਿਹਦਾ ਬਾਬਲ ਰਾਜਾ ਸੀ ਤੇ ਅੰਮੀ ਰਾਣੀ ਸੀ। ਇੱਕ ਬਾਦਸ਼ਾਹੀ ਅਸਾਂ ਮਾਣੀ ਸੀ, ਜਿਹਦਾ ਬਾਬਲ ਰਾਜਾ ਸੀ ਤੇ ਅੰਮੀ ਰਾਣੀ ਸੀ। ਭਾਵੇਂ ਲੱਭਾ ਪਲੰਘ ਨਵਾਰੀ ਸੀ ਜਾਂ ਮੰਜੀ ਸਿਰਫ ਅਲਾਣੀ ਸੀ, ਭਾਵੇਂ ਮੱਖਣ ਪੇੜੇ ਰੁਲਦੇ ਸਨ ਭਾਵੇਂ ਸੁੱਕਾ ਟੁੱਕਰ ਪਾਣੀ ਸੀ, ਪਰ ਖੁੱਲ੍ਹੀ ਅਣਮੁੱਲੀ ਸੀ ਜਿਹੜੀ ਬਾਦਸ਼ਾਹੀ ਅਸਾਂ ਮਾਣੀ ਸੀ। ਜਿੱਥੇ ਖਿਹਨੂੰ ਗੀਟੇ ਖੇਡ ਖੇਡ ਬੇਫਿਕਰੀ ਚਾਦਰ ਤਾਣੀ ਸੀ। ਪਿੱਪਲ ਦੀਆਂ ਪਿੰਗਾਂ ਝੂਠ ਝੂਠ ਜਿੱਥੇ ਚੜ੍ਹੀ ਅਖੀਰ ਜਵਾਨੀ ਸੀ, ਜਿੱਥੇ ਸਾਈਆਂ ਭੋਰੇ ਬੈਠ ਬੈਠ ਕੇ ਗਾਂਦਿਆਂ ਰਾਤ ਲੰਘਾਣੀ ਨੀ। ਲੋਹੜੇ ਦੀ ਕੂਕਰ ਚਰਖੇ ਦੀ, ਲੋਹੜੇ ਦੀ ਚੜ੍ਹੀ ਜਵਾਨੀ ਨੀ, ਲੋਹੜੇ ਦੀ ਕੂਕਰ ਚਰਖੇ ਦੀ, ਲੋਹੜੇ ਦੀ ਚੜ੍ਹੀ ਜਵਾਨੀ ਨੀ। ਅਸਾਂ ਸਾਉਣ ਹੁਲਾਰਿਓਂ ਝੂਮ ਝੂਮ ਮੋਰਾਂ ਨਾਲ ਸ਼ਰਤ ਲਗਾਣੀ ਨੀ, ਤੇ ਪੀਂਘ ਹੁਲਾਰੇ ਚਾੜ ਚਾੜ ਅਸਮਾਨਾਂ ਨਾਲ ਸੁਹਾਣੀ ਨੀ। ਜਿੱਥੇ ਚੰਨਾ ਵਾਂਗਰ ਦਿਸਦਾ ਸੀ ਤੇ ਫੁੱਲਾਂ ਵਾਂਗੂ ਹੱਸਦਾ ਸੀ ਖੁਸ਼ੀਆਂ ਦਾ ਖੇੜਾ। ਕਦੇ ਮੈਂ ਉਸ ਵਿਹੜੇ ਵਸਦੀ ਸਾਂ, ਕਦੇ ਮੈਂ ਉਸ ਵਿਹੜੇ ਵਸਦੀ ਸਾਂ, ਅੱਜ ਮੇਰੇ ਸੀਨੇ ਵਸਦਾ ਨੀ ਅਮੜੀ ਦਾ ਵਿਹੜਾ। ਉਸ ਸੰਜ ਦਾ ਪੈਣਾ ਨੀ, ਅਸਾਂ ਇਕੱਠੇ ਹੋਣਾ ਨੀ, ਦਾਦੀ ਦੇ ਮੰਜੇ ਦੇ ਚੋ ਗਿਰਦੇ ਪਾਉਣਾ ਨੀ, ਉਹਨੂੰ ਨੀਂਦਰ ਆਣੀ ਨੀ, ਅਸਾਂ ਖੱਪ ਮਚਾਉਣੀ ਨੀ। ਉਹ ਉਸ ਨਾ ਨਾ ਕਹਿਣੀ ਨੀ, ਅਸਾਂ ਹਾਂ ਹਾਂ ਕਹਿਣੀ ਨੀ, ਉਸ ਚੁੱਪ ਕਰਾਉਣਾ ਨੀ, ਅਸਾਂ ਰੋਲਾ ਪਾਉਣਾ ਨੀ। ਉਹਦੀ ਨਾ ਨਾ ਮੁੱਕਣੀ ਨੀ, ਅਸਾਂ ਆਖਰ ਚੁੱਕਣੀ ਨੀ, ਤੇ ਆਖਰ ਦਾਦੀ ਤੋਂ ਅਸਾਂ ਹਾਰ ਮਨਾਉਣੀ ਨੀ। ਥੋੜ੍ਹਾ ਜਿਹਾ ਰੁਸਕੇ ਤੇ ਥੋੜ੍ਹਾ ਜਿਹਾ ਹੱਸਕੇ ਤੇ ਉਸ ਬਾਤ ਸੁਣਾਉਣੀ ਨੀ, ਕੋਈ ਕਹਾਣੀ ਪਾਉਣੀ ਨੀ। ਅੱਜ ਕਿੱਥੇ ਵੇ ਉਹ ਸਵਰਗ, ਅੱਜ ਕਿੱਥੇ ਵੇ ਉਹ ਸਵਰਗ, ਜੋ ਲੱਭਿਆ ਵੀ ਤੇ ਖੋਇਆ ਵੀ, ਹੁਣ ਦੱਸੇ ਕਿਹੜਾ ਕਦੇ ਸਾਨੂੰ ਕਹਾਣੀਆਂ ਪਾਉਂਦਾ ਸੀ, ਅੱਜ ਆਪ ਕਹਾਣੀ ਹੋਇਆ ਨੀ ਅਮੜੀ ਦਾ ਵਿਹੜਾ। ਅੱਜ ਕਿੱਥੇ ਵੇ ਉਹ ਸਵਰਗ, ਜੋ ਲੱਭਿਆ ਵੀ ਤੇ ਖੋਇਆ ਵੀ, ਹੁਣ ਦੱਸੇ ਕਿਹੜਾ ਕਦੇ ਸਾਨੂੰ ਕਹਾਣੀਆਂ ਪਾਉਂਦਾ ਸੀ, ਅੱਜ ਆਪ ਕਹਾਣੀ ਹੋਇਆ ਨੀ ਅਮੜੀ ਦਾ ਵਿਹੜਾ। ਧੰਨਵਾਦ ਜੀ।